ਹੁਣ ਰੁਕ ਕਰਦੇ ਹਾਂ ਫਿਰੋਜ਼ਪੁਰ ਵੱਲ, ਜਿੱਥੇ ਵਿਜੀਲੈਂਸ ਵਿਭਾਗ ਨੇ ਅਨਾਜ ਦੇ ਗੋਦਾਮਾਂ ਦੇ ਵਿੱਚ ਛਾਪੇਮਾਰੀ ਕੀਤੀ। ਦਰਅਸਲ ਕੁਝ ਗੋਦਾਮ ਮਾਲਕਾਂ ਵੱਲੋਂ ਕਣਕ ਦੀ ਖਰੀਦ ਕਰਨ ਤੋਂ ਬਾਅਦ ਬਿਨਾਂ ਵਿੱਚ ਹੇਰਾਫੇਰੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਵਿਭਾਗ ਨੇ ਛਾਪੇਮਾਰੀ ਕੀਤੀ। ਇਸ ਮੌਕੇ ਸੀਨੀਅਰ ਅਧਿਕਾਰੀ ਹਰਗੋਬਿੰਦ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਜੋ ਕੋਈ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਮਹਿਕਮਾ ਫੂਡ ਸਪਲਾਈ ਫਿਰੋਜ਼ਪੁਰ ਵੱਲੋਂ ਕੁਝ ਮੰਡੀਆਂ ਦੇ ਵਿੱਚ ਬੋਗਸ ਬਿੱਲਾਂ 'ਤੇ ਜਿਹੜੀ ਹੈ ਅਪ੍ਰੈਲ 2018 ਵਿੱਚ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਉਹ ਬੋਗਸ ਬਿੱਲਾਂ ਦੀ ਸੰਬੰਧਿਤ ਜਿਹੜੇ ਉਹਦੇ ਨਾਂ 'ਤੇ ਬਿੱਲ ਸੀ ਉਹਨਾਂ ਨੂੰ ਪੇਮੈਂਟ ਵੀ ਕਰ ਦਿੱਤੀ ਗਈ ਹੈ ਅਤੇ ਇਹ ਕਰੋੜਾਂ ਰੁਪਏ ਦਾ ਘਪਲਾ ਸੀਗਾ। ਇਸ ਸੰਬੰਧ ਦੇ ਵਿੱਚ ਅੱਜ ਅਸੀਂ ਇਹ ਜਿਹੜੀ ਹੈ ਲੇਲਾ ਪਿੰਡ ਜਿਹੜਾ ਹੈਗਾ ਇੱਥੇ ਵੇਰ ਜਿਹੜੇ ਇਹਨਾਂ ਦੇ ਗੋਦਾਮ ਨੇ ਜਿਹੜੇ ਫੂਡ ਸਪਲਾਈ ਦੇ ਜਿੱਥੇ ਸਟੋਰ ਕੀਤੀ ਗਈ ਕਣਕ ਉਹਦੀ ਫਿਜ਼ੀਕਲ ਚੈਕਿੰਗ ਕਰ ਰਹੇ ਹਾਂ ਅਤੇ ਫਿਜ਼ੀਕਲ ਚੈਕਿੰਗ ਸਾਡੀ ਹਾਲੇ ਚੱਲ ਰਹੀ ਹੈ। ਜੋ ਨਤੀਜੇ ਸਾਹਮਣੇ ਆਉਣਗੇ ਉਸ ਅਨੁਸਾਰ ਕਰ ਰਹੇ ਹਾਂ।